ਪੰਜਾਬੀ ਦਾ ਸ਼ਾਹ ਜੀ ਕਸੀਦਾ ਸਮਾਪਤ ਕਰ ਰਿਹਾ ਜਨਾਬ ਜੀ, ਲੇਕਿਨ ਇੱਕ ਚੀਜ਼ ਸਭ ਦੇ ਜ਼ਿਹਨ 'ਚ ਹੋਣੀ ਚਾਹੀਦੀ ਹੈ। ਸ਼ਰੀਅਤ ਦੀ ਹੱਦ ਹੈ, ਸ਼ਰੀਅਤ ਹੱਦ ਤੱਕ ਹੈ, ਉਸ ਦੀ ਇੱਕ ਹੱਦ ਹੈ, ਕਿਉਂਕਿ ਸ਼ਰੀਅਤ ਇਸ਼ਕ ਦੀ ਹੱਦ ਨਹੀਂ। ਕਿਉਂਕਿ ਕਬਰ 'ਚ ਸਭ ਨੇ ਜਾਣਾ ਹੈ, ਬਿਲਕੁਲ ਸਭ ਨੇ ਜਾਣਾ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਜਿਸ ਦਾ ਲਫਜ਼ ਇਹਨਾਂ ਲੋਹੇ ਮਹਿਫੂਜ਼, ਉਹ ਲੱਕੜੀ ਹੈ ਅਤੇ ਐਂਡ 'ਤੇ ਮੌਤ ਉਹਨੂੰ ਵੀ ਆਉਣੀ ਹੈ। ਬਾਤ ਫਿਰ ਹੋਈ ਕਿ ਸ਼ਰੀਅਤ ਦੀ ਹੱਦ ਇਸ਼ਕ ਦੀ ਨਹੀਂ। ਸਵਾਲ ਸਿਰਫ ਤਿੰਨ ਹੀ ਹੋਣੇ ਨੇ, ਤੇਰਾ ਰੱਬ ਕਿਹੜਾ ਸੀ ਬਾਈ, ਦੱਸ ਜ਼ਰਾ। ਜੇ ਰੱਬ ਰੱਬ ਕਰਦਾ ਰਿਹਾ ਤਾਂ ਰੱਬ ਨਾ ਜ਼ਬਾਨ 'ਤੇ ਆਏਗਾ। ਤੇਰਾ ਨਬੀ ਕਿਹੜਾ ਹੈ, ਤੇਰਾ ਇਮਾਮ ਕਿਹੜਾ ਹੈ? ਬਸ ਚੌਥਾ ਸਵਾਲ ਨਹੀਂ ਹੈ। ਚੌਥਿਆਂ ਨੇ ਉਦੋਂ ਆਉਣਾ ਹੈ ਜਦੋਂ ਉਹਨਾਂ ਨੂੰ ਲੱਗੇਗਾ ਇਹ ਸਾਡਾ ਆਸ਼ਕ ਆਇਆ ਹੈ, ਇਹ ਇਸ਼ਕ ਹੈ। ਕਸੀਦੇ ਦਾ ਮੌਜੂ ਇਸ ਤਰ੍ਹਾਂ ਦਾ, ਮੈਂ ਤਾਂ ਵਾਸਤੇ ਅਰਜ਼ ਕੀਤੀ ਹੈ ਕਿ ਇਸ਼ਕ ਦੀ ਹੱਦ ਬਿਲਕੁਲ ਨਹੀਂ ਹੁੰਦੀ। ਕਿਉਂਕਿ ਅਗਰ ਇਸ਼ਕ ਦੀ ਇਸ਼ਕ ਕੁਛ ਵੀ ਨਾ ਹੁੰਦਾ ਤਾਂ ਮਜਨੂੰ ਵੀ ਨਾ ਕਹਿੰਦਾ, ਖੁਦਾ ਕੋ ਗਰ ਜ਼ਰੂਰਤ ਹੈ ਤੋ ਲੈਲਾ ਬਣ ਕੇ ਆ ਜਾਏਗੀ। ਤੋ ਮੀਆਂ ਸਾਹਿਬ ਨੇ ਪਤਾ ਨਹੀਂ ਕਿਸ ਹਸਤੀ ਦਾ ਨਾਂ ਲੈਲਾ ਰੱਖਿਆ ਸੀ, ਹੈ ਵਾਹ ਜੀ ਵਾਹ। ਸਾਡਾ ਪੀਰ ਦਾ ਨਾਮ ਹੈ ਪੀਰ ਆਲੇ, ਇਹ ਤਾਂ ਨਾਮ ਹੈ ਪਰਵਰਦੀਗਾਰ ਦਾ ਏ। ਅੱਛਾ, ਕਈਆਂ ਨੂੰ ਸ਼ਾਹ ਜੀ ਇਹ ਵੀ ਨਹੀਂ ਇਲਮ ਹੁੰਦਾ, ਬਿਲਕੁਲ ਨਹੀਂ ਇਲਮ ਹੈਗਾ ਕਿ ਅੱਲਾਹ ਪਾਕ ਦੇ 99 ਨਾਮ ਨੇ ਅਤੇ ਉਹਨਾਂ 'ਚ ਅੱਲਾਹ ਦਾ ਇੱਕ ਨਾਮ ਅਲੀ ਹੈ। ਜਿਨ੍ਹਾਂ ਦੇ ਨਹੀਂ ਇਲਮ 'ਚ ਉਹ ਵੀ ਸੁਣ ਲਓ ਕਿ 99 ਨਾਮਾਂ 'ਚ ਅੱਲਾਹ ਦਾ ਨਾਮ ਇੱਕ ਅਲੀ ਹੈ, ਅਤੇ ਉਹਨੇ ਆਪਣਾ ਨਾਮ ਆਪਣੇ ਉਸ ਸ਼ੇਰੇ ਖੁਦਾ ਦਾ ਨਾਮ ਹੀ ਅਲੀ ਰੱਖਿਆ। ਸਾਡੇ ਪੀਰ ਦਾ ਨਾਮ ਹੈ ਪੀਰ ਅਲੀ, ਇੱਕ ਨਾਮ ਹੈ ਪਰਵਰਦੀਗਾਰ ਦਾ। ਜਦੋਂ ਪੀਰ ਅਲੀ ਦਾ ਨਾਮ ਲਈਏ ਰੱਬ ਡੁੱਬੀਆਂ ਨੂੰ ਫੜ ਤਾਰਦਾ ਏ। ਹਮ ਨਾਮ ਹੈ ਖੁਦਾ ਅਲੀ ਸ਼ੇਰ ਹੈ ਖੁਦਾ, ਕੈਸਾ ਰੁਤਬਾ ਮੇਰੀ ਸਰਕਾਰ ਦਾ ਏ। ਅਸਦ ਚਿਹਰਾ ਵੀ ਅਲੀ ਦਾ ਪੁੱਜ ਰੱਖੇ, ਨਾ ਉਹ ਆਰਦਾ ਏ ਨਾ ਉਹ ਪਾਲਦਾ ਏ। ਅਸਦ ਅਲੀ ਦਾ ਜਿਹੜਾ ਵੀ ਪੁੱਜ ਰੱਖੇ, ਇਹ ਵੀ ਅਸੀਂ ਨਹੀਂ ਸੀ ਕਿਹਾ, ਨਾ ਇਸ ਸਦੀ ਨੇ ਕਿਹਾ ਹੈ। ਉਹ ਲੋਕ ਉਸ ਪਹਿਲੀ ਸਦੀ ਦੇ ਸਨ ਜਿਨ੍ਹਾਂ ਇਹ ਕਿਹਾ ਸੀ ਜੋ ਮੈਂ ਕਹਿ ਲੱਗਾ। ਕਦਮ ਕਦਮ ਪੇ ਹਦ ਐਤਬਾਰ ਲਗਤਾ ਹੈ, ਯਹੀ ਦਵਾਰ ਸੇ ਲੈਲਾ ਨਿਹਾਰ ਲਗਤਾ ਹੈ। ਨੁਸ਼ੇਰੀਓ ਕੀ ਨਜ਼ਰ ਕਾ ਕੋਈ ਕਸੂਰ ਨਹੀਂ, ਅਲੀ ਹੀ ਨਾਲ ਰਹੇ ਨਾਲ।
حسن حسين تیرے مولا غازی حج پاک پیر علی دے نال
سبتی